ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਜੀ ਇੱਕ ਵਾਰ ਫਿਰ ਆਪ ਸਭ ਦਾ ਕਰਦੇ ਹਾਂ ਹਾਰਦਿਕ ਸਵਾਗਤ ਪਿਛਲੇ ਹਫਤੇ ਗੁਰਦੁਆਰਿਆਂ ਦੇ ਕਨਸੈਪਟ ਬਾਰੇ ਭਾਈ ਸਾਹਿਬ ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ ਇਹਨਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਇਤਿਹਾਸਿਕ ਪੱਖ ਤੋਂ ਤੇ ਅੱਜ ਗੁਰਦੁਆਰਿਆਂ ਵਿੱਚ ਕੀ ਕੁਝ ਵੇਖਿਆ ਜਾ ਰਿਹਾ ਹੈ ਉਸੇ ਸੰਬੰਧ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਧਰਮਸ਼ਾਲਾ ਜਿਹੜਾ ਗੁਰੂ ਸਾਹਿਬ ਨੇ ਕਨਸੈਪਟ ਇੰਟਰੋਡਿਊਸ ਕੀਤਾ ਸੀ ਉਸ ਦਾ ਮਕਸਦ ਸੀ ਆਤਮਿਕ ਲੈਵਲ ਦੇ ਉੱਤੇ ਵੀ ਸਰੀਰਕ ਲੈਵਲ ਦੇ ਉੱਤੇ ਵੀ ਤੇ ਸਾਈਕੋਲੋਜੀਕਲ ਲੈਵਲ ਦੇ ਉੱਤੇ ਵੀ ਅਸੀਂ ਪਰ ਕੀ ਗੁਰਦੁਆਰਿਆਂ ਨੂੰ ਜਿਹੜਾ ਅਸੀਂ ਅੱਜ ਸਿਰਫ ਇੱਕ ਪੂਜਾ ਦਾ ਸਥਾਨ ਬਣਾ ਕੇ ਅੱਜ ਮੰਨ بیٹھے ਆ ਕਿ ਇਹੀ ਸਿਧਾਂਤ ਸੀ ਗੁਰੂ ਸਾਹਿਬ ਦਾ ਅੱਜ ਉੱਥੇ ਜਾ ਕੇ ਅਸੀਂ ਸੁਖਨਾਵਾਂ ਆਪਣੀਆਂ ਪੂਰੀਆਂ ਕਰਨਾ ਚਾਹੁੰਦੇ ਆ ਹੋਰ ਬਹੁਤ ਕੁਝ ਕਰਦੇ ਆ ਤੇ ਸਮਝਦੇ ਆ ਕਿ ਅਸੀਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਕਿ ਇਹ ਠੀਕ ਹੋ ਰਿਹਾ ਹੈ ਇਸ ਬਾਰੇ ਉਹ ਗੱਲਬਾਤ ਕਰਦੇ ਆ ਪ੍ਰਕਾਸ਼ ਸਿੰਘ ਫਿਰੋਜ਼ਪੁਰ ਜੀ ਨਾਲ ਜੀ ਹਨ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਹਫਤੇ ਜੋ ਅਸੀਂ ਗੱਲਬਾਤ ਕੀਤੀ ਸੀ ਜੀ ਇਤਿਹਾਸਿਕ ਪੱਖ ਤੋਂ ਤੁਸੀਂ ਕੀਤੀ ਗੱਲ ਨਾਲ ਜੋ ਅੱਜਕਲ ਸਾਡੇ ਸਾਹਮਣੇ ਹੋ ਰਿਹਾ ਉਸ ਨੂੰ ਵੀ ਤੁਸੀਂ ਟੱਚ ਕੀਤਾ ਸੀ ਹੁਣ ਥੋੜੀ ਜੀ ਇਹ ਗੱਲ ਕਰੀਏ ਕਿ ਅੱਜ ਅਸੀਂ ਗੁਰਦੁਆਰੇ ਨੂੰ ਇੱਕ ਪੂਜਾ ਦਾ ਕੇਂਦਰ ਮੰਨ ਚੁੱਕੇ ਹਾਂ ਇਸੇ ਕੋਈ ਸ਼ੱਕ ਨਹੀਂ ਹੈਗਾ ਜੀ ਜੀ ਅਰਦਾਸ ਵੀ ਕਰਾਣੀ ਤੇ ਮੈਂ ਸਮਝ ਰੱਖੀ ਜੇ ਮੈਂ ਗੁਰਦੁਆਰੇ ਜਾ ਕੇ ਭਾਈ ਜੀ ਕੋਲੋਂ ਅਰਦਾਸ ਕਰਾਵਾਂਗਾ ਤੇ ਉਹਦਾ ਜ਼ਿਆਦਾ ਲਾਭ ਮੈਨੂੰ ਹੋਏਗਾ ਤੇ ਆਮ ਤੌਰ ਦੇ ਉੱਤੇ ਤੇ ਗੁਰਦੁਆਰੇ ਜਾਣ ਦਾ ਮੇਰਾ ਮਕਸਦ ਇਹੀ ਹੈ ਕਿ ਮੇਰਾ ਬਿਜ਼ਨਸ ਇੰਪਰੂਵ ਹੋਏ ਜਾਂ ਮੇਰੀ ਨੌਕਰੀ ਜਾਂ ਜੋ ਕੁਝ ਵੀ ਮੇਰਾ ਹੈਗਾ ਉੱਥੋਂ ਤੱਕ ਅਸੀਂ ਰਹਿ ਗਏ ਜਿੱਥੇ ਤੇ ਆਤਮਿਕ ਲੈਵਲ ਦੀ ਅਸੀਂ ਗੱਲ ਕਰਦੇ ਆ ਉਥੇ ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੂੰ ਕਿ ਅਸੀਂ ਸਿਰਫ ਟੱਕ ਕੇ ਰੱਖਿਆ ਹੋਇਆ ਹੈ ਕੁਝ ਦਿਨ ਬੈਠ ਕੇ ਕੀਰਤਨ ਸੁਣ ਲਿਆ ਕੁਝ ਦਿਨ ਢਾਡੀਆਂ ਨੂੰ ਸੁਣ ਲਿਆ ਜਾਂ ਕਥਾ ਸੁਣ ਲਈ ਪਰ ਉਹ ਜੀਵਨ ਤੇ ਉਸ ਦਾ ਕੋਈ ਇਫੈਕਟ ਨਹੀਂ ਪੈ ਰਿਹਾ ਹੈਗਾ ਪਰ ਨਾਲ-ਨਾਲ ਜਿਹੜੀਆਂ ਅਸੀਂ ਹੋਰ ਚੀਜ਼ਾਂ ਦੇ ਵਿੱਚ ਪੈ ਗਏ ਹੈਗੇ ਆ ਕਿ ਉੱਥੇ ਹੀ ਜਾ ਕੇ ਮੇਰੀ ਮਨੋ ਕਾਮਨਾ ਪੂਰੀ ਹੋਏਗੀ ਕੀ ਗੁਰਦੁਆਰਾ ਇੱਕ ਮਨੋ ਕਾਮਨਾ ਪੂਰਾ ਕਰਨ ਦਾ ਕੇਂਦਰ ਹੈਗਾ ਜੀ ਨਹੀਂ ਇਹ ਵੇਖੋ ਅਸੀਂ ਇੱਕ ਤੇ ਸਮਾਜ ਵਿੱਚ ਰਹਿਣਾ ਤੇ ਸਾਨੂੰ ਕੁਝ ਜ਼ਰੂਰਤਾਂ ਹੈਗੀਆਂ ਨੇ ਬੰਦੇ ਦੇ ਮਨ ਦੇ ਹੁੰਦਾ ਮੈਨੂੰ ਬਾਦਾਤ ਮਿਲ ਜਾ ਆਦਤ ਮਿਲ ਜਾ ਠੀਕ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਦਾਤਾ ਤੇ ਕੇਵਲ ਇੱਕ ਅਕਾਲ ਪੁਰਖ ਹੀ ਹੈ ਹਮਮ ਤੇ ਚਲੋ ਗੁਰੂ ਸੇਵ ਇਹ ਵੀ ਕਹਿੰਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰਪਾਇ ਅਰਦਾਸ ਕਰ ਹਮਮ ਅਰਦਾਸ ਕਰਨੀ ਸਰੀਰਕ ਲੋੜਾਂ ਦੀ ਪੂਰਤੀ ਵਾਸਤੇ ਜੀ ਬਟ ਇਹ ਨਾ ਹੋਵੇ ਪਰ ਅੱਜ ਜਿਹੜਾ ਸਾਡਾ ਪੂਰਾ ਧਿਆਨ ਹੀ ਸਰੀਰਕ ਲੋੜਾਂ ਦੀ ਪੂਰਤੀ ਤੇ ਕੇਂਦਰਿਤ ਹੋ ਗਿਆ ਹੈ ਮੈਂ ਅਕਸਰ ਆਪਾਂ ਜਦੋਂ ਗੁਰਬਾਣੀ ਨੂੰ ਡੀਪਲੀ ਵਿਚਾਰਨ ਦਾ ਯਤਨ ਕਰਦੇ ਹਾਂ ਜਿਹੜੇ ਸਰੀਰ ਇਹ ਸਾਧਨ ਨੇ ਇਹ ਸਿਰਫ ਸੁੱਖਾਂ ਦੇ ਸਾਧਨ ਨਹੀਂ ਹਨ ਸਿਰਫ ਸਾਧਨ ਨਹੀਂ ਅਸੀਂ ਸਾਧਨ ਤੇ ਲੈਣੇ ਸ਼ੁਰੂ ਕਰ ਦਿੱਤੇ ਵੀ ਜਿਹੜਾ ਅਸਲ ਸੁੱਖ ਹੈਗਾ ਸੀ ਉਹ ਜੀਵਨ ਦੇ ਅੰਦਰ ਉਹ ਵਿਸਰਤਾ ਚੱਲਦਾ ਚਲਾ ਗਿਆ ਜੀ ਹੁਣ ਜਦੋਂ ਇਹ ਗੱਲ ਆndi ਉਦੋਂ ਫਿਰ ਇਹ ਜਿਹੜੀ ਤੁਸੀਂ ਕਿਹਾ ਪੂਜਾ ਦਾ ਸਥਾਨ ਗੁਰਦੁਆਰਾ ਪੂਜਾ ਦਾ ਸਥਾਨ ਬਿਲਕੁਲ ਨਹੀਂ ਸੀ ਜਿਵੇਂ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਇਹ ਸੀ ਇੱਕ ਗਿਆਨ ਦਾ ਸਾਧਨ ਇਹਦੇ ਵਿੱਚੋਂ ਸਾਨੂੰ ਹਰ ਪੱਖ ਤੋਂ 29 ਜਾਂ ਅੱਗੇ ਜੇਕਰ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਦਾ ਯਤਨ ਕਰੋ ਤੇ ਗੁਰਬਾਣੀ ਐਨੀ ਕੁ ਐਡਵਾਂਸ ਹੈ ਅੱਜ ਦੀ ਸਾਇੰਸ ਵੀ ਉੱਥੋਂ ਤੱਕ ਨਹੀਂ ਪਹੁੰਚੀ ਕਦੇ ਪਹੁੰਚ ਵੀ ਨਹੀਂ ਪਾਏਗੀ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਬਾਣੀ ਅੰਦਰ ਲਿਖੀਆਂ ਨੇ ਤਾਂ ਹੁਣ ਸਾਨੂੰ ਪੂਜਾ ਦਾ ਸਥਾਨ ਨਹੀਂ ਸੀ ਬਣਾਉਣਾ ਚਾਹੀਦਾ ਪੂਜਾ ਕਿੱਥੇ ਹੁੰਦੀ ਵੀ ਪੂਜਾ ਦਾ ਮਤਲਬ ਹੁੰਦਾ ਵੀ ਅਸੀਂ ਆਏ ਕੁਝ ਇਹ ਗੋਲਕ ਵਿੱਚ ਮਾਇਆ ਪਾਈ ਕੁਝ ਹੋਰ ਫਲ ਆਦਿਕ ਜਾਂ ਹੋਰ ਕੁਝ ਅਰਪਣ ਕੀਤਾ ਜੀ ਥੋੜਾ ਸਮਾਂ 5-7 ਮਿੰਟ ਬੈਠੇ ਸਮਝਿਆ ਵੀ ਅਸੀਂ ਆਪਣਾ ਜਿਹੜਾ ਥੋੜਾ ਜਿਹਾ ਫਰਜ਼ ਜਾਂ ਪੂਰਾ ਕਰ ਲਿਆ ਰਾਈਟ ਤੇ ਫਿਰ ਵਾਪਸ ਚਲਦੇ ਬਣੇ ਜੀ ਉਹ ਇੱਕ ਜਦੋਂ ਫਾਰਮੈਲਟੀ ਜੀ ਬਣ ਜਾਏ ਹਮ ਹਮ ਉਹਨੂੰ ਕਿਹਾ ਜਾਂਦਾ ਪੂਜਾ ਦਾ ਸਥਾਨ ਪੂਜਾ ਦਾ ਸਥਾਨ ਬਣ ਜਾਂਦਾ ਸੋ ਸ਼ਾਇਦ ਅੱਜ ਅਸੀਂ ਵੀ ਇਹ ਫੋਮੈਲਿਟੀ ਵਿੱਚ ਕਾਫੀ ਪੈ ਗਏ ਕਾਫੀ ਪੈ ਗਏ ਸਿੱਖ ਅੱਜ ਕਾਫੀ ਇਸ ਗੱਲ ਵਿੱਚ ਪੈ ਚੁੱਕੇ ਐ ਤੇ ਸ਼ਾਇਦ ਉਹਨੂੰ ਕੁਝ ਐਜੂਕੇਟ ਇਸੇ ਤਰ੍ਹਾਂ ਕੀਤਾ ਗਿਆ ਆਪਾਂ ਇਹ ਵੀ ਕਹਿ ਸਕਦੇ ਆ ਪ੍ਰਾਤਨ ਸਮੇਂ ਤੋਂ ਸਾਡੇ ਬਜ਼ੁਰਗਾਂ ਨੇ ਜੋ ਕੁਝ ਕੀਤਾ ਉਹੀ ਵੇਖ ਕੇ ਅੱਜ ਅਸੀਂ ਅਸੀਂ ਵੀ ਉਹੀ ਕਰ ਰਹੇ ਮਤਲਬ ਇਹਨੂੰ ਸਮਝਾਇਆ ਮੇਰੇ ਵਰਗੇ ਪ੍ਰਚਾਰਕ ਵੱਲੋਂ ਇਹ ਸਮਝਾਇਆ ਗਿਆ ਵੀ ਤੂੰ ਇੱਥੇ ਆ ਤੈਨੂੰ ਆ ਮਿਲੇਗਾ ਮਿਲੇਗਾ ਠੀਕ ਮੈਂ ਨਹੀਂ ਕਹਿੰਦਾ ਨਹੀਂ ਮਿਲੇਗਾ ਗੁਰੂ ਨੇ ਦੇਣਾ ਸਾਰਾ ਬਿਲਕੁਲ ਪਰ ਜਿਹੜਾ ਅਸਰ ਵਿੱਚ ਗੁਰੂ ਨੇ ਦੇਣਾ ਸੀ ਹੂੰ ਹੂੰ ਜੋ ਦਾਤ ਅਸਲ ਗਿਆਨ ਦੇਣਾ ਸੀ ਉਹ ਅਸੀਂ ਕਿੰਨਾ ਕੋ ਲਿਆ ਹੂੰ ਹੂੰ ਉਹ ਅਸੀਂ ਕਿੰਨਾ ਕੋ ਗ੍ਰਹਿਣ ਕੀਤਾ ਵਿਚਾਰਨਾ ਤੇ ਚਾਹੀਦਾ ਸੀ ਵੀ ਅਸੀਂ ਆਪਣੇ ਆਪ ਨੂੰ ਮੈਂ ਇੱਕ ਦਿਨ ਆ ਸੰਗਰਾਦ ਲੰਗੀ ਥੋੜੇ ਦਿਨ ਪਹਿਲਾਂ ਜੀ ਤੇ ਕੁਦਰਤੀ ਵਿਚਾਰ ਹੋਈ ਵੀ ਅਸੀਂ ਕਿਹਨੇ ਸੰਗਰਾਦ ਮਨਾਉਣੀ ਹੁਣ ਸੰਗਰਾਦ ਕੋਈ ਹਸਤੀ ਹੈ ਬਿਲਕੁਲ ਸੰਗਰਾਦ ਕੋਈ ਕੋਈ ਮਨਾਉਣਾ ਕਿੰਨੂੰ ਹੁੰਦਾ ਹੈ ਕੋਈ ਰੁੱਸਿਆ ਹੋਵੇ ਰਾਈ ਜਾਂ ਮਨਾਉਣ ਦਾ ਅਰਥ ਹੁੰਦਾ ਆਪਣੇ ਨਾਲ ਸਹਿਮਤ ਕਰਨਾ ਜੀ ਮਨਨਤ ਹੁੰਦਾ ਵੀ ਮੈਂ ਸਹਿਮਤ ਹਾਂ ਤੁਹਾਡੇ ਨਾਲ ਮੈਂ ਤੁਹਾਡੀ ਮੰਨਦਾ ਵੀ ਤੁਹਾਡੇ ਨਾਲ ਮੈਂ ਸਹਿਮਤ ਹਾਂ ਤੁਹਾਨੂੰ ਮਨਾਉਣਾ ਵੀ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਓ ਮਨਾਉਣਾ ਕੀ ਹੈ ਹਮ ਹਮ ਕਿਸੇ ਨੂੰ ਨਹੀਂ ਮਨਾਉਣਾ ਗੁਰੂ ਨੂੰ ਨਹੀਂ ਮਨਾਉਣਾ ਜੀ ਅਸੀਂ ਗੁਰੂ ਦੀ ਮੰਨ ਨਹੀਂ ਹੈ ਗੁਰੂ ਨਾਲ ਸਹਿਮਤ ਹੋਣਾ ਮਨਾਉਣਾ ਕਿੰਨੇ ਅਸੀਂ ਮਨ ਨੂੰ ਮਨ ਨੂੰ ਬਣਾਣਾ ਹੈ ਭਗਤ ਕਬੀਰ ਕਹਿੰਦੇ ਨੇ ਕਹੋ ਕਬੀਰ ਮਨ ਮੰਨਿਆ ਹਮ ਹਮ ਮਨ ਮੰਨਿਆ ਤੋ ਹਰ ਜਾਣਿਆ ਮਨਾਉਣਾ ਸੀ ਆਪਣੇ ਮਨ ਨੂੰ ਠੀਕ ਮਨਾਉਣਾ ਸੀ ਗੁਰੂ ਨਾਲ ਵੀ ਗੁਰੂ ਦੇ ਨਾਲ ਹਮ ਹਮ ਇੱਕ ਸਾਰ ਕਰਨਾ ਸੀ ਪਰ ਅਸੀਂ ਤੇ ਸੰਗਰਾਮ ਦਾ ਮਨਾਉਣ ਵਾਲੇ ਪਾਸੇ ਤੋਂ ਵੀ ਅਸੀਂ ਪੂਰਨਮਾਸ਼ੀ ਮਨਾਉਣ ਵਾਲੇ ਪਾਸੇ ਤੋਂ ਵੀ ਮਨਾਉਣ ਵਾਲੇ ਪਾਸੇ ਤੋਂ ਵੀ ਅਸੀਂ ਇਹੋ ਜੇ ਦਿਨ ਤਾਂ ਆਪਣੇ ਮਨ ਨੂੰ ਮਨਾਉਣਾ ਸੀ ਤੇ ਉਹ ਗੁਰੂ ਦੇ ਸ਼ਬਦ ਨਾਲ ਤੇ ਸ਼ਬਦ ਤੇ ਸੁਣਿਆ ਕੋਈ ਨਹੀਂ ਜਦੋਂ ਸ਼ਬਦ ਨਹੀਂ ਸੁਣਾਗੇ ਬਾਣੀ ਨਹੀਂ ਸੁਣਾਗੇ ਤੇ ਫਿਰ ਉਹ ਕੇਵਲ ਪੂਜਾ ਦਾ ਸਾਧਨ ਜਾਂ ਪੂਜਾ ਦਾ ਸਥਾਨ ਬਣ ਕੇ ਰਹਿ ਜਾਏਗਾ ਜੋ ਅੱਜ ਦਾ ਗੁਰਦੁਆਰਾ ਇਸ ਤਰ੍ਹਾਂ ਦਾ ਸਿਸਟਮ ਸਾਡੇ ਗੁਰਦੁਆਰਿਆਂ ਦੇ ਵਿੱਚ ਬਣ ਚੁੱਕਾ ਹੈ ਤਾਂ ਇਹਨੂੰ ਮੈਂ ਸਮਝਦਾ ਜਦੋਂ ਆਪਾਂ ਵਿਚਾਰ ਕਰਦੇ ਆਂ ਇਸ ਸਿਸਟਮ ਨੂੰ ਬਦਲਣ ਦੀ ਬਹੁਤ ਜ਼ਿਆਦਾ ਡਾਢ ਲੋੜ ਕੀ ਕੁਝ ਬਦਲਣ ਦੀ ਲੋੜ ਹੈ ਜੀ ਉਹ ਤਾਂ ਹੋਰ ਵਿਸਥਾਰ ਵਿੱਚ ਕਰਦੇ ਆਂ ਹੁਣ ਥੋੜੀ ਜਿਹੀ ਗੱਲ ਕਰੀਏ ਖੰਡ ਪਾਟ ਦੀ ਖੰਡ ਪਾਟ ਇੱਕ ਬੜਾ ਇੰਪੋਰਟੈਂਟ ਸਾਡੇ ਜੀਵਨ ਦਾ ਇੱਕ ਅੰਗ ਬਣ ਚੁੱਕਿਆ ਹੈਗਾ ਕੋਈ ਚੰਗਾ ਜਾਂ ਮਾੜਾ ਜੀਵਨ ਨੂੰ ਛੂੰਦਾ ਤੇ ਸੀ ਖੰਡ ਪਾਟ ਆਫ ਕੋਰਸ ਕਰਵਾਉਣਾ ਹੀ ਕਰਾਉਣਾ ਹੈਗਾ ਕਿ ਗੁਰੂ ਸਾਹਿਬ ਨੇ ਇਹ ਜਿਹੜਾ ਖੰਡ ਪਾਟ ਦਾ ਜਿਹੜਾ ਕਨਸੈਪਟ ਹੈ ਕੀ ਇੰਟਰੋਡਿਊਸ ਕੀਤਾ ਸੀ ਨਹੀਂ ਗੁਰੂ ਸਾਹਿਬ ਦੇ ਇਤਿਹਾਸ ਵਿੱਚੋਂ 200 ਜਿਹੜਾ 40 39 ਸਾਲ ਦਾ ਸਮਾਂ ਜਾਂ 250 ਸਾਲ ਦਾ ਸਮਾਂ ਉਹਦੇ ਵਿੱਚੋਂ ਕਿਤੇ ਵੀ ਸਾਨੂੰ ਅਖੰਡ ਪਾਠ ਦਾ ਜ਼ਿਕਰ ਨਹੀਂ ਮਿਲਦਾ ਭਾਵੇਂ ਕਈਆਂ ਨੇ ਕੋਲੋਂ ਜੋੜ ਵੀ ਦਿੱਤਾ ਹੋਵੇਗਾ ਵੀ ਉਸ ਵੇਲੇ ਖੰਡ ਪਠ ਹੋਇਆ ਪਰ ਅਖੰਡ ਪਾਠ ਸਾਹਿਬ ਦੀ ਜਿਹੜੀ ਪਰੰਪਰਾ ਆਰੰਭ ਹੋਈ ਜਦੋਂ ਸਿੱਖ ਜੰਗਲਾਂ ਵਿੱਚ ਚਲੇ ਗਏ ਸਿਰਾਂ ਦੇ ਮੁੱਲ ਪਏ ਅਬਦਾਲੀ ਦਾ ਸਮਾਂ ਜਕਰਿਆ ਖਾਨ ਦਾ ਸਮਾਂ ਲਾਹੌਰ ਦਾ ਗਵਰਨਰ ਉਸ ਵੇਲੇ ਸਿੱਖਾਂ ਦੇ ਘਰ ਘਾਟ ਉਜਾੜੇ ਗਏ ਜੀ ਹੁਣ ਗੁਰੂ ਕਿਸੇ ਇੱਕ ਬਾਣੀ ਦੇ ਨਾਲੋਂ ਤਾਂ ਕਦੇ ਟੁੱਟਣਾ ਨਹੀਂ ਚਾਹੁੰਦੇ ਸਨ ਤੇ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਵੀ ਆਮ ਨਹੀਂ ਸਨ ਉਦੀਆਂ ਬਹੁਤ ਘੱਟ ਹੁੰਦੀਆਂ ਸਨ ਤਾਂ ਉਦੋਂ ਹੁਣ ਕਿਸੇ ਮੁਹਿਮਤੇ ਜਾਣਾ ਜਾਂ ਸਿੱਖਾਂ ਨੇ ਮਿਲ ਕੇ ਬਾਣੀ ਪੜ੍ਹਨੀ ਹੈ ਤੇ ਕੋਈ ਪਤਾ ਨਹੀਂ ਕਿਹੜੇ ਪਾਸੇ ਹਮਲਾ ਹੋ ਜਾਏ ਕਿਹੜਾ ਹਾਕਮ ਆ ਕੇ ਹਮਲਾ ਕਰ ਦੇ ਜੀ ਤਾਂ ਜਦੋਂ ਬਾਣੀ ਪੜ੍ਹਦੇ ਸਨ ਤਾਂ ਉਹਨਾਂ ਨੇ ਜਦੋਂ ਕਿ ਤੋਂ ਗੁਰਗੱਥੇ ਬੀੜ ਪ੍ਰਾਪਤ ਨਹੀਂ ਉਹਨਾਂ ਨੇ ਤਿਆਰੀ ਕਰਕੇ ਤੇ ਉੱਥੇ ਨਾਲ ਪਾਠ ਆਰੰਭ ਕਰ ਦੇਣਾ ਜੀ ਤੇ ਉਦੋਂ ਇਕੱਲਾ ਨਹੀਂ ਸੀ ਪਾਠ ਕਰਦਾ ਅੱਜ ਤੇ ਇਕੱਲਾ ਪਾਠ ਹੀ ਪਾਠ ਕਰਦਾ ਨਾ ਅੱਜ ਦੇ ਅਖੰਡ ਪਾਠ ਵਿੱਚ ਇੱਕ ਪਾਠ ਪਾਠ ਕਰਦੇ ਉਦੋਂ ਇੱਕ ਪੜਦਾ ਸੀ ਹੂੰ ਬਾਕੀ ਜਿੰਨੇ ਸਿੱਖ ਸਭ ਬਾਣੀ ਦਾ ਪਾਠ ਸੁਣਦੇ ਸਨ ਠੀਕ ਹੈ ਤਾਂ ਉਹਨਾਂ ਨੂੰ ਨਾ ਸੀ ਵਿਛੇਤੀ ਸਮਾਪਤੀ ਕਰਦੀਏ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ ਨਾਲ ਜੰਗਲ ਹੁੰਦੇ ਸਨ ਹੂੰ ਹੂੰ ਤਾਂ ਉਥੋਂ ਫਿਰੇ ਲਗਾਤਾਰ ਜਿਹੜਾ ਨਿਰੰਤਰ ਪਾਠ ਕਰਨ ਦਾ ਜਿਹੜੀ ਇੱਕ ਰਵਾਇਤ ਬਣੀ ਉਦੋਂ ਮਜਬੂਰੀ ਸੀ ਤੇ ਅੱਜ ਅਸੀਂ ਉਹਨੂੰ ਹੋਰ ਢੰਗ ਨਾਲ ਲੈਣਾ ਸ਼ੁਰੂ ਕਰ ਦਿੱਤਾ ਰਾਈਟ ਬਲਕਿ ਅਸੀਂ ਹਾਂ ਤੇ ਸਮਾਜਿਕ ਪ੍ਰਾਣੀ ਸਾਡਾ ਜੋ ਵੀ ਕਾਰਜ ਹੋਣਾ ਹੈ ਖੁਸ਼ੀ ਹੋਵੇ ਗਮੀ ਹੋਵੇ ਜੋ ਸੁੱਖ ਦੁੱਖ ਹੋਵੇ ਸਾਡਾ ਹੈ ਤੇ ਗੁਰੂ ਦੇ ਨਾਲ ਹੀ ਜੀ ਪਰ ਸਾਨੂੰ ਧਿਆਨ ਇਹ ਰੱਖਣਾ ਚਾਹੀਦਾ ਹੈ ਵੀ ਅਸੀਂ ਜਿਹੜਾ ਕਾਰਜ ਕਰ ਰਹੇ ਹਾਂ ਅਸੀਂ ਗੁਰੂ ਨਾਲ ਕਿੰਨਾ ਕੁ ਜੁੜੇ ਹਾਂ ਇਹ ਨਾ ਹੋਵੇ ਵੀ ਅੱਜ ਜਿਵੇਂ ਅਖੰਡ ਪਾਠ ਹੋ ਰਹੇ ਨੇ ਮਤਲਬ ਕਿੰਨਾ ਕੋ ਇੰਟਰਸਟ ਕਿਸੇ ਵਿਅਕਤੀ ਦਾ ਉਸ ਗੁਰੂ ਦੀ ਬਾਣੀ ਵਿੱਚ ਹੁੰਦਾ ਹੈ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਇਹ ਮਕਸਦ ਹੋਣਾ ਚਾਹੀਦਾ ਹੈ ਇਹ ਬਿਲਕੁਲ ਪਰ ਅੱਜ ਉਹ ਚੀਜ਼ ਵਿਸਰ ਗਈ ਕਿਉਂਕਿ ਅੱਜ ਤਾਂ ਇਹੀ ਹੁੰਦਾ ਹੈ ਕਿ ਮਹਿਮਾਨ ਕਿਹੜੇ ਆ ਰਹੇ ਨੇ ਤੇ ਲੰਗਰ ਚ ਕੀ ਖਵਾਣਾ ਤੇ ਹੋਰ ਕੀ ਕੁਝ ਕਰਨਾ ਹੈ ਬਿਲਕੁਲ ਪਰ ਇਹ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਛੱਡ ਦੇਣੇ ਲੇਕਿਨ ਉਸ ਨੂੰ ਸਮਝ ਕੇ ਜਿਹੜੀ ਇੱਕ ਇੱਕ ਰੀਤੀਆਂ ਆਈਆਂ ਨੇ ਉਹਨੂੰ ਅਸੀਂ ਚੇਂਜ ਕਰਨਾ ਹੈ ਕਿਉਂਕਿ ਡਾਇਰੈਕਸ਼ਨ ਜਦੋਂ ਚੇਂਜ ਕਰਾਂਗੇ ਤੇ ਉਸ ਨਾਲ ਆਟੋਮੈਟਿਕਲੀ ਕੁਝ ਨਾ ਕੁਝ ਤਾਂ ਬੈਨੀਫਿਟ ਹੋਏਗਾ ਬਿਲਕੁਲ ਬਿਲ ਸੁਖਾਂ ਲੜੀਆਂ ਨੇ ਉਹ ਉਤਾਰ ਲੈਣੇ ਕਿ ਜੀ ਜੇ ਮੇਰਾ ਇਹ ਹੋ ਗਿਆ ਤਾਂ ਮੈਂ ਗੁਰਦੁਆਰੇ ਜਾ ਕੇ ਇਹ ਕਰਾਂਗਾ ਉਹ ਕਰਾਂਗਾ ਇਹਦੇ ਬਾਰੇ ਥੋੜਾ ਦੱਸੋ ਗੁਰਬਾਣੀ ਕੀ ਕਹਿੰਦੀ ਹੈ ਵੇਖੋ ਇੱਕ ਤੇ ਸਿੱਖ ਰਹਿਤ ਮਰਿਆਦਾ ਜੋ ਅਖੰਡ ਪਾਠ ਦੀ ਵੀ ਥੋੜੀ ਜਿਮੇ ਗੱਲ ਹੋਰ ਕਰ ਲਵਾਂ ਸਿੱਖ ਰਹਿਤ ਮਰਿਆਦਾ ਵਿੱਚ ਸਾਫ਼ ਲਿਖਿਆ ਹੋਇਆ ਵੀ ਅਖੰਡ ਪਾਠ ਪਰਿਵਾਰ ਦੇ ਮੈਂਬਰ ਜਦ ਸੰਗਤ ਮਿਲ ਕੇ ਕਰੇ ਇਹ ਨਾ ਹੋਵੇ ਇੱਕ ਪਾਠੀ ਬੈਠ ਕੇ ਸੁਣਦਾ ਰਹੇ ਤੇ ਟਾਈਮ ਦੀ ਵੀ ਕੋਈ ਪਾਬੰਦੀ ਨਹੀਂ ਹੈ ਹੁਣ ਤੇ ਉਸੇ ਟਾਈਮ ਦੇ ਵਿੱਚ ਪਾਬੰਦ ਕਰ ਦਿੱਤਾ ਵੀ ਤੁਹਾਡੀ ਘਟਿਆ ਵਿੱਚ ਭੋਗਨਾ ਪਿਆ ਤੇ ਗ੍ਰੰਥੀ ਸਿੰਘ ਦੀ ਸ਼ਾਮਤ ਆਇਲ ਲੈ ਵੀ ਤੁਸੀਂ ਲੇਟ ਕਿਉਂ ਕੀਤਾ ਪਾ ਰਾਈਟ ਸਿੱਖ ਰਹਿਤ ਮਰਿਆਦਾ ਨੂੰ ਪੜ੍ਹ ਕੇ ਉਹਦੇ ਵਿੱਚ ਹੀ ਸਿੱਖ ਰਹਿਤ ਮਰਿਆਦਾ ਸੁੱਖਾ ਸੁਖਣ ਦੇ ਵੀ ਲਿਖਿਆ ਹੋਇਆ ਵੀ ਇਹ ਮਨਮਤ ਹੈ ਸੁੱਖਾਂ ਸੁਖਣ ਦਾ ਮਤਲਬ ਇਹ ਹੁੰਦਾ ਹੈ ਸ਼ਰਤ ਰੱਖਣੀ ਜੀ ਸ਼ਰਤ ਉਹਦੇ ਅਕੇ ਰੱਖੀ ਜਾਂਦੀ ਜਿਹੜਾ ਬੰਦਾ ਕਮਜ਼ੋਰ ਹੋਵੇ ਮੈਨੂੰ ਤੁਹਾਡੇ ਤੇ ਯਕੀਨ ਨਹੀਂ ਹੈ ਵੀ ਤੁਸੀਂ ਆ ਕੰਮ ਕਰ ਸਕੋਗੇ ਜੀ ਫਿਰ ਮੈਂ ਤੁਹਾਡੇ ਅਗੇ ਸ਼ਰਤ ਰੱਖਦਾ ਹੂੰ ਹੂੰ ਇਹਦਾ ਮਤਲਬ ਮੈਂ ਤੁਹਾਨੂੰ ਕਮਜ਼ੋਰ ਸਮਝ ਰਿਹਾ ਠੀਕ ਵੀ ਤੁਸੀਂ ਅਗਰ ਆ ਕਰੋਗੇ ਤੇ ਮੈਂ ਆ ਕਰ ਦਿਆਂਗਾ ਰਾਈਟ ਆਪਣੇ ਆਪ ਨੂੰ ਮੈਂ ਵੱਡਾ ਸਮਝ ਰਿਹਾ ਹੂੰ ਜੇ ਅਗਰ ਤੁਸੀਂ ਆ ਕੀਤਾ ਤਾਂ ਮੈਂ ਆ ਕਰਾਂਗਾ ਰਾਈਟ ਹੁਣ ਸੁੱਖਾ ਸੁਖਣ ਤੋਂ ਤੁਸੀਂ ਆਪੇ ਕਨਸੈਪਟ ਸਮਝੋ ਵੀ ਅਸੀਂ ਗੁਰੂ ਨੂੰ ਛੋਟਾ ਸਮਝਦੇ ਪਏ ਬਿਹੇ ਗੁਰੂ ਸਾਹਿਬ ਜੀ ਜੇਕਰ ਤੋ ਆ ਕੰਮ ਸਾਡਾ ਕਰ ਦਿੱਤਾ ਹਮਮ ਅਸੀਂ ਤੇਰੇ ਤੇ ਇਹਾਸਾਨ ਕਰਦੇ ਆਂ ਵੀ ਤੈਨ ਅਖੰਡ ਪਾਠ ਕਰਵਾ ਲਵਾਂਗੇ ਠੀਕ ਅਸੀਂ ਤੇਰੀ ਆਸੁਖਣੀ ਸਾਹਿਬ ਦਾ ਪਾਠ ਕਰ ਲਵਾਂਗੇ ਅਸੀਂ ਆ ਕਰਦੇ ਆਂਗੇ ਤਾਂ ਇਸ ਕਰਕੇ ਵਿਚਾਰਨ ਦੀ ਲੋੜ ਐ ਹਮਮ ਵੀ ਸੁੱਖਾ ਸੁਖਣੀ ਕਿੰਨੀ ਕੁ ਜੈ ਜੇ ਸੁਖ ਸੁਖਣੀ ਕਿੰਨੀ ਕੁ ਜੈ ਜੇ ਕਿੰਨੀ ਕੁ ਚੰਗੀ ਗੱਲ ਐ ਰਾਈਟ ਇਦੇ ਨਾਲ ਹੀ ਪੈਸਾ ਮੈਨੂੰ ਗੁਰਦੁਆਰਿਆਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਕਈ ਥਾਵਾਂ ਤੇ ਖੰਡਪਾੜ ਦੇ ਨਾਲ ਨਾਰੀਅਲ ਵੀ ਰੱਖਿਆ ਗਿਆ ਇੱਕ ਲੋਟਾ ਵੀ ਰੱਖਿਆ ਗਿਆ ਅਤੇ ਉਸ ਨੂੰ ਇੱਕ ਕਈ ਵਾਰੀ ਤਾਂ ਲਾਲ ਕੱਪੜੇ ਦੇ ਵਿੱਚ ਕੁਝ ਬੰਨ ਕੇ ਰੱਖਿਆ ਗਿਆ ਹੁੰਦਾ ਹੈ ਇਹ ਕੀ ਹੋ ਰਿਹਾ ਗੁਰਦੁਆਰੇ ਦੇ ਅੰਦਰ ਇਹ ਨਿਰੋਲ ਮਨਮਤ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਵੱਲੋਂ ਜਿਹੜੀ ਪੰਥ ਪ੍ਰਵਾਨ ਤੇ ਬਿਲਕੁਲ ਇਜਾਜ਼ਤ ਨਹੀਂ ਦਿੰਦੀ ਇਸ ਗੱਲ ਦੀ ਇੱਕ ਸਨਾਤਨੀ ਮਾਤਰਾ ਪ੍ਰਭਾਵ ਹੈ ਹਿੰਦੂ ਮਾਤਰਾ ਪ੍ਰਭਾਵ ਹੈ ਨਾਰੀਅਲ ਦੀ ਕੋਈ ਗੁਰਮਤ ਵਿੱਚ ਮਹਾਨਤਾ ਨਹੀਂ ਹੈ ਲੋਟਾ ਰੱਖਣ ਦਾ ਇੱਕ ਸਿਰਫ ਮਨਮਤੇ ਦਿਖਾਵਾ ਹੈ ਪਖੰਡ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਅੰਮ੍ਰਿਤ ਤੇ ਗੁਰੂ ਕੀ ਬਾਣੀ ਹੈ ਅੰਮ੍ਰਿਤ ਤੇ ਉਹ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਸ਼ ਕਰਨਾ ਹੈ ਅਸੀਂ ਉਹਨੂੰ ਅੰਮ੍ਰਿਤ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਇਹ ਨਿਰੋਲ ਮਨਮਤੇ ਤੇ ਜਿਹੜਾ ਉਹ ਮੌਲੀ ਬਣਨੀ ਜਾਈ ਤਦਕ ਇਹ ਵੀ ਸਾਰਾ ਜਿਵੇਂ ਇੱਕ ਦੇਵੀ ਦੀ ਪੂਜਾ ਹੈ ਸਿੱਖ ਨਾ ਕਿਸੇ ਦੇਵੀ ਦਾ ਪੁਜਾਰੀ ਹੈ ਨਾ ਕਿਸੇ ਦੇਵਤੇ ਦਾ ਪੁਜਾਰੀ ਸਿੱਖ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਜੀ ਇਨੇ ਕੇਵਲ ਇੱਕ ਅਕਾਲ ਪੁਰਖ ਨਾਲ ਜੁੜਨਾ ਸਾਡਾ ਧਿਆਨ ਤੇ ਹਮੇਸ਼ਾ ਉੱਥੇ ਰਹਿੰਦਾ ਬਿਨਾਰੀਆਂ ਨਹੀਂ ਰੱਖਿਆ ਕੁੰਭ ਨਹੀਂ ਰੱਖਿਆ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਜੀ ਤੇ ਸ਼ਾਇਦ ਹੁਣ ਵੇਖਣ ਵਾਲੇ ਗੱਲੇ ਵੀ ਕਿ ਗੁਰੂ ਕਿਸੇ ਕੁੰਭ ਤੋਂ ਬਿਨਾ ਅਧੂਰਾ ਹੈ ਹਮ ਗੁਰੂ ਗ੍ਰੰਥ ਸਾਹਿਬ ਜੀ ਨਾਰੀਅਲ ਤੋਂ ਬਿਨਾ ਅਧੂਰੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਹੈ ਕਿ ਕਿਸੇ ਕੁੰਭ ਤੋਂ ਬਿਨਾ ਕੁੰਭ ਨਹੀਂ ਹੋਵੇਗਾ ਜਾਂ ਨਾਰੀਅਲ ਨਹੀਂ ਹੋਵੇਗਾ ਕਿ ਉਹ ਪਾਠ ਬਲ ਅਸੀਂ ਸਾਡੀ ਸੋਚ ਨੇ ਸ਼ਾਇਦ ਉਸ ਨੂੰ ਅਧੂਰਾ ਕਰ ਦਿੱਤਾ ਭਾਵੇਂ ਮੰਨਤਾ ਅਸੀਂ ਪੂਰੀ ਦਿੰਨੇ ਆਂ ਲਫ਼ਜ਼ਾਂ ਦੇ ਵਿੱਚ ਕਿ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਲੇਕਿਨ ਜੋ ਇਹ ਸਾਲਾ ਕੁਝ ਕਰਦੇ ਆਂ ਉਹ ਅਸੀਂ ਦੇਖੀਏ ਕਿੱਥੇ ਅਸੀਂ ਖਲੋਤੇ ਅੱਛਾ ਇੱਕ ਹੋਰ ਚੀਜ਼ ਜਿਹੜੀ ਗੁਰਦੁਆਰੇ 'ਚ ਵੇਖੀ ਜਾ ਰਹੀ ਹੈ ਅੱਜਕੱਲ੍ਹ ਕਿ ਤੁਸੀਂ ਇੰਨੇ ਪਾਠ ਕਰੋ ਜਪਜੀ ਸਾਹਿਬ ਦੇ ਜਾਂ ਸੁਖਮਨੀ ਸਾਹਿਬ ਦੇ ਤੇ ਇਹਦਾ ਤੁਹਾਨੂੰ ਇਹ ਫਲ ਮਿਲੇਗਾ ਇਹ ਪਾਠ ਕਰਨ ਦਾ ਜਿਹੜਾ ਗੁਰਦੁਆਰਿਆਂ 'ਚ ਇਹ سلسلہ ਚੱਲ ਪਿਆ ਇਹ ਇਹ ਕਿੱਥੋਂ ਤੱਕ ਗੁਰਮਤ ਅਨੁਕੂਲ ਹੈ ਇਸ ਬਾਰੇ ਗੱਲਬਾਤ ਕਰਦੇ ਆਂ ਤੁਹਾਡੇ ਕੀ ਵਿਚਾਰ ਨੇ ਜਾਂ ਗੁਰਮਤ ਕੀ ਕਹਿੰਦੇ ਇਸ ਬਾਰੇ ਇਸ ਬ੍ਰੇਕ ਤੋਂ ਬਾਅਦ ਸੋ ਬ੍ਰੇਕਬਾਜੀ ਇੱਕ ਵਾਰ ਫਿਰ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ ਮੇਰੇ ਨਾਲ ਸਾਧ ਦੇ ਰਹੇ ਨੇ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਜੀ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਵਾਚਕ ਨੇ ਅੱਜ ਦਾ ਵਿਸ਼ਾ ਕਾਫੀ ਇੰਪੋਰਟੈਂਟ ਹੈ ਕਿਉਂਕਿ ਜੋ ਸਾਡੇ ਆਲੇ ਦੁਆਲੇ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਉਸ ਸੰਬੰਧ ਵਿੱਚ ਗੁਰਮਤਿ ਕੀ ਕਹਿੰਦੀ ਹੈ ਭਾਈ ਸਾਹਿਬ ਜੀ ਦੇ ਵਿਚਾਰ ਲੈ ਰਹੇ ਹਾਂ ਆਓ ਅੱਗੇ ਗੱਲਬਾਤ ਕਰਦੇ ਹਾਂ ਸੋ ਇਹਦਾ ਕੀ ਹੈਗਾ ਜੀ ਗੁਰਮਤਿ ਦੇ ਵਿੱਚ ਇੰਨੇ ਪਾਠ ਕਰੋਗੇ ਤੇ ਤੁਹਾਨੂੰ ਇਹਦਾ ਇਹ ਬੈਨੀਫਿਟ ਹੋਏਗਾ ਕਿਉਂਕਿ ਅਜੇ ਗੁਰਦੁਆਰਿਆਂ ਅੱਗੇ ਪ੍ਰਚਾਰ ਹੋ ਰਿਹਾ ਹੈ ਤੇ ਤੁਹਾਡੇ ਵਰਗੇ ਹੀ ਪ੍ਰਚਾਰਕ ਆ ਕੇ ਕਹਿ ਦਿੰਦੇ ਨੇ ਹੁਣ ਇਹ ਵਿਚ ਸਾਨੂੰ ਵੇਖਣਾ ਇਹ ਚਾਹੀਦਾ ਇਹ ਗੱਲ ਆਈ ਕਿੱਥੋਂ ਜੀ ਜੇ ਤੇ ਗੁਰੂ ਸਾਹਿਬ ਤੋਂ ਆਈ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਫਿਰ 10 ਜਾਮਿਆਂ ਵਿੱਚ ਗੁਰੂ ਸਾਹਿਬ ਨੇ ਕਿਸੇ ਵੇਲੇ ਗੱਲ ਕਹੀ ਹੋਵੇ ਹੂੰ ਹੂੰ ਫਿਰ ਤੇ ਮੰਨਣ ਯੋਗ ਹੈ ਜੀ ਵੀ ਗੁਰੂ ਸਾਹਿਬ ਨੇ ਗੱਲ ਕੀਤੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਇਹਨੂੰ ਕਹਿ ਰਹੇ ਨੇ ਇਹਦੀ ਪ੍ਰੋੜਤਾ ਕਰ ਰਹੇ ਨੇ ਜੀ ਫਿਰ ਤੇ ਮੰਨਣ ਯੋਗ ਹੈ ਪਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ ਤੇ ਗੁਰੂ 10 ਗੁਰੂ ਸਾਹਿਬਾਨ ਤੋਂ ਵੀ 10 ਗੁਰੂ ਸ੍ਰੀਰ ਨੇ ਜਿਹੜੇ ਉਹਨਾਂ ਤੋਂ ਵੀ ਬਾਅਦ ਵਿੱਚ ਤੇ ਫਿਰ ਇਸ ਗੱਲ ਤੇ ਕਿੰਤੂ ਜ਼ਰੂਰ ਕੀਤਾ ਜਾਣਾ ਚਾਹੀਦਾ ਵੀ ਕਿਸੇ ਹੋਰ ਵੱਲੋਂ ਕਿਸੇ ਡੇਰੇਦਾਰ ਵੱਲੋਂ ਜਾਂ ਕਿਸੇ ਬੰਦੇ ਦੇ ਕੋਲੋਂ ਗੱਲ ਆ ਰਹੀ ਏ ਜੀ ਤਾਂ ਫਿਰ ਉਹ ਗੱਲ ਮੰਨਣ ਦੇ ਯੋਗ ਨਹੀਂ ਹੈਗੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਜੀ ਤੇ ਗੁਰੂ ਸਾਹਿਬ ਦਾ ਫਰਮਾਨ ਏ ਸਤਗੁਰ ਸੇਤੀ ਗੰਤ ਜੇ ਰਖੈ ਹਮ ਹਲਤ ਪਲਤ ਤਿਸ ਕਾ ਸਭ ਗਿਆ ਠੀਕ ਗੁਰੂ ਨਾਲ ਗਿਣਤੀਆਂ ਹੁਣ ਜਦੋਂ ਰੱਬ ਜੀ ਨੇ ਦਾਤਾਂ ਦਿੱਤੀਆਂ ਗੁਰੂ ਨੇ ਸਾਨੂੰ ਦਿੱਤੀਆਂ ਉਹਨੇ ਤੇ ਗਿਣ ਕਿਣੇ ਦਿੱਤੀਆਂ ਉਹਨੇ ਤੇ ਗੁਰੂ ਸਾਹਿਬ ਕਹਿੰਦੇ ਅਨਗਿਣਤ ਜੀ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਤੇ ਅਸੀਂ ਉਹਦੀ ਬਾਣੀ ਪੜਨੀ ਗਿਣ ਗਿਣ ਕੇ ਸ਼ੁਰੂ ਕਰ ਦਿੱਤੀ ਵੀ ਇੰਨਾ ਗਿਣਤੀ ਵਾਲਾ ਜਿਹੜਾ ਕਨਸੈਪਟ ਕਿਤੇ ਵੀ ਗੁਰਬਾਣੀ ਵਿੱਚ ਗੁਰਮਤ ਦੇ ਨਜ਼ਰੀਏ ਤੋਂ ਪ੍ਰਵਾਨ ਨਹੀਂ ਹੈਗਾ ਠੀਕ ਇਹ ਪ੍ਰਚਾਰਿਆ ਜਾ ਰਿਹਾ ਹੈ ਹੁਣ ਜਦੋਂ ਤੁਸੀਂ ਗਿਣਤੀ ਵਾਲੇ ਪੈਸੇ ਪੈ ਜਾਓਗੇ ਨਾ ਜੀ ਤੁਹਾਡਾ ਧਿਆਨ ਬਾਣੀ ਵਿੱਚ ਬਿਲਕੁਲ ਨਹੀਂ ਜਾਏਗਾ ਗੁਰਬਾਣੀ ਕੀ ਕਹਿ ਰਹੀ ਏ ਕਿਉਂਕਿ ਉੱਥੇ ਹੋਵੇਗਾ ਵੀ ਮੈਂ ਇੱਕ ਦਿਨ ਵਿੱਚ 10 ਜਪਜੀ ਦੇ ਪਾਠ ਕਰਨੇ ਨੇ ਹੂੰ ਹੂੰ ਜਲਦੀ ਹੋਏਗੀ ਵੀ ਕਦੋਂ ਪੂਰੇ ਹੋਣ ਠੀਕ ਪਰ ਜੇ ਤੁਸੀਂ ਆਨੰਦ ਨਾਲ ਕਰੋਗੇ ਤੇ ਠੀਕ ਹੈ ਤੁਹਾਡਾ ਹੈਗਾ ਤੁਸੀਂ ਜਪਜੀ ਸਾਹਿਬ ਤੋਂ ਅੱਗੇ ਹੋਰ ਗੁਰਗੰਸਾ ਅਥਾ ਸਮੁੰਦਰ ਰਾਈਟ ਬਾਣੀ ਪੜੋ ਹੂੰ ਹੂੰ ਪਰ ਵਾਰ-ਵਾਰ ਇੱਕੋ ਬਾਣੀ ਪੜੋਗੇ ਤੈਨੂੰ ਤੁਹਾਨੂੰ ਸਮਝ ਨਹੀਂ ਆਏਗੀ ਜੇਕਰ ਤੁਸੀਂ ਆਨੰਦ ਨਾਲ ਪੜੋਗੇ ਸਹਿਜ ਨਾਲ ਪੜੋਗੇ ਉਹਨੂੰ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਹਰ ਕਾ ਬਲੋਮਣਾ ਹੂੰ ਹੂੰ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈਏ ਦੁੱਧ ਰਿੜਕਣਾ ਹੋਵੇ ਨਾ ਠੀਕ ਹੌਲੀ ਹੌਲੀ ਤੁਸੀਂ ਹੌਲੀ ਹੌਲੀ ਰਿੜਕੇ ਤਾਂ ਮੱਖਣ ਪ੍ਰਾਪਤ ਹੁੰਦਾ ਹੈ ਉਦਾਹਰਣ ਦਿੱਤੀ ਭਗਤ ਕਬੀਰ ਜੀ ਨੇ ਜੀ ਤੇ ਕਹਿੰਦੇ ਕਿ ਇਸੇ ਤਰ੍ਹਾਂ ਜੇ ਪ੍ਰਮਾਤਮਾ ਦਾ ਨਾਮ ਜਪਣਾ ਉਹਦੇ ਗੁਣਾਂ ਨੂੰ ਗਾਉਣਾ ਤੇ ਹੌਲੀ ਹੌਲੀ ਕਰੋਗੇ ਹੂੰ ਹੂੰ ਤੁਹਾਨੂੰ ਜ਼ਿਆਦਾ ਆਨੰਦ ਪ੍ਰਾਪਤ ਹੋਵੇਗਾ ਤੁਹਾਨੂੰ ਤਤ ਮਿਲੇਗਾ ਭਾਵ ਸੱਚ ਦਾ ਗਿਆਨ ਪ੍ਰਾਪਤ ਹੋਵੇਗਾ ਬਿਲਕੁਲ ਜੀ ਗੁਰੂ ਸਾਹਿਬ ਨੇ ਤੇ ਸਾਨੂੰ ਬੜਾ ਕਲੀਅਰਲੀ ਦੱਸਿਆ ਪੜਪੜ ਗੱਡੀ ਲੈਂਦੀ ਇਹਦਾ ਰਵਾਕ ਜਿਹੜਾ ਅਸੀਂ ਪੜਦੇ ਆਂ ਇਹ ਸਿਰਫ ਲੰਦਨ ਤੱਕ ਹੀ ਸੀਮਤ ਨਾ ਰਹ ਜੀ ਪਰ ਸ਼ਾਇਦ ਅਸੀਂ ਵੀ ਉਸੇ ਲੰਦਨ ਤੱਕ ਹੀ ਸੀਮਤ ਰਹ ਰਹੇ ਹਾਂ ਉਸ ਦੇ ਨਾਲ ਇੱਕ ਹੋਰ ਵੀ ਚੀਜ਼ ਜਿਹੜੀ ਅੱਜ ਗੁਰਦੁਆਰਿਆਂ ਵਿੱਚ ਬਹੁਤ ਪ੍ਰਚਲਿਤ ਹੋ ਰਹੀ ਹੈ ਜੀ ਉਹ ਨਾਮ ਜਪਣ ਦੀ ਹੈਗੀ ਹੈ ਕਿ ਤੁਸੀਂ ਇੰਨੀ ਵਾਰ ਨਾਮ ਲਓ ਰੱਬ ਦਾ ਵਾਹਿਗੁਰੂ ਤੁਸੀਂ ਕਰੋ ਬੜੀ ਵਧੀਆ ਗੱਲ ਹੈ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਪਰ ਜਿਹੜਾ ਇਹ ਵੀ ਹੁਣ ਕਨਸੈਪਟ ਸ਼ੁਰੂ ਹੋ ਗਿਆ ਹੈਗਾ ਗੁਰਦੁਆਰਿਆਂ ਦੇ ਅੰਦਰ ਇਹ ਕਿਸ ਪਾਸੇ ਸੇ ਕਾਮ ਨੂੰ ਲੈ ਕੇ ਜਾ ਰਿਹਾ ਹੈ ਦੇਖੋ ਜੀ ਗੁਰਬਾਣੀ ਅਨੁਸਾਰ ਨਾਮ ਜਪਣਾ ਬੜਾ ਜ਼ਰੂਰੀ ਹੈ ਜੀ ਪਰ ਗੁਰੂ ਸਾਹਿਬ ਨੇ ਨਾਲ ਸਾਫ਼ ਲਫ਼ਜ਼ਾਂ ਵਿੱਚ ਕਿਹਾ ਵੀ ਨਾਮ ਤੋਂ ਪਾਵੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਬਾਣੀ ਸਾਰਾ ਹੀ ਨਾਮ ਦਾ ਖਜ਼ਾਨਾ ਹੈ ਇੱਕ ਗੱਲ ਨੂੰ ਸਮਝਣੀ ਪੈਗੀ ਅੱਜ ਇਸ ਤਰ੍ਹਾਂ ਦਾ ਪ੍ਰਚਾਰ ਇਹ ਪ੍ਰਚਾਰ ਤੇ ਆਇਆ ਜਿਹੜੇ ਦੇਹਤਾਰੀ ਗੁਰੂ ਧੰਮ ਸਿੱਖ ਪੰਥ ਵਿੱਚ ਪੈਦਾ ਹੋਏ ਇਹ ਆਇਆ ਸਕੀਮ ਉਹਨਾਂ ਕੋਲ ਵਾਈ ਵੀ ਨਾਮ ਹੋ ਰੇ ਤੇ ਬਾਣੀ ਹੋ ਰੇ ਜੀ ਉਹਨਾਂ ਨੇ ਦੋ ਚੀਜ਼ਾਂ ਅਲੱਗ-ਅਲੱਗ ਕਰ ਦਿੱਤੀਆਂ ਵੀ ਨਾਮ ਸਾਡੇ ਕੋਲ ਮਿਲਦਾ ਹੈ ਗੁਰਬਾਣੀ ਸਿਰਫ ਨਾਮ ਜਪਣ ਦੀ ਪ੍ਰੇਰਣਾ ਦਿੰਦੀ ਹੈ ਹੂੰ ਹੂੰ ਨਾਮ ਸਾਡੇ ਕੋਲ ਮਿਲਦਾ ਹੈ ਜੀ ਜਦ ਕਿ ਨਾਮ ਦਾ ਦਾਤਾ ਕੇਵਲ ਗੁਰੂ ਵੇ ਤੇ ਗੁਰੂ ਸਾਡਾ ਗ੍ਰੰਥ ਸਾਹਿਬ ਹੈ ਹਮ ਹਮ ਅਸੀਂ ਬਚਨ ਵੀ ਜਦੋਂ ਗੁਰੂ ਗ੍ਰੰਥ ਸਹਿਬ ਸਮਾਪਤ ਹੁੰਦਾ ਹੈ ਨਾ ਜੀ ਉੱਥੇ ਸ਼ੁਕਰਾਨਾ ਕਰਦੇ ਅਸੀਂ ਰੋਜ਼ ਇੱਕ ਸ਼ਬਦ ਪੜ੍ਹਦੇ ਆ 13 ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋ ਜਦੋਂ ਇਹ ਬਚਨ ਮੋਦਾਮਣੀ ਮਹਿਲਾ ਪੰਜਵਾਂ ਜੀ ਥਾਲ ਵਿੱਚ ਤਿੰਨ ਵਸਤੂ ਪਈਓ ਹਮ ਹਮ ਜਦੋਂ ਇਹ ਸਤ ਸੰਤੋਖ ਵਿਚਾਰੋ ਇਹਦੇ ਵਿੱਚ ਆਖਿਆ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜੀ ਹੁਣ ਅੰਮ੍ਰਿਤ ਨਾਮ ਆਤਮਿਕ ਜੀਵਨ ਦੇਣ ਵਾਲਾ ਰੱਬ ਜੀ ਦਾ ਨਾਮ ਠਾਕੁਰ ਮਾਲਕ ਦਾ ਹਮਮ ਨਾਮ ਵੀ ਇਸੇ ਹੀ ਗੁਰਗਾਂਸਾ ਦੇ ਵਿੱਚ ਪਿਆ ਹੋਇਆ ਜੀ ਤੇ ਅਸੀਂ ਹੁਣ ਬਾਹਰ ਕਿੱਥੋਂ ਨਾਮ ਲੱਭਣ ਜਾਣਾ ਹਮਮ ਤਾਂ ਇਹਨੂੰ ਇੱਕ ਪਿੱਛੇ ਜੇ ਵਿਚਾਰ ਹੋਈ ਸੀ ਵੀ ਇਹਨੂੰ ਇੱਕ ਟੈਕਨੀਕਲ ਜਿਹਾ ਬਣਾ ਦਿੱਤਾ ਗਿਆ ਬਿਲਕੁਲ ਨਾਮ ਜਪੋ ਸਹਿਜੇ ਜਪੋ ਤੁਸੀਂ ਰੱਬ ਦੀ ਕੁਦਰਤ ਵੇਖ ਕੇ ਵਾਗਰੂ ਬੋਲੋ ਹਮਮ ਅੱਜ ਤੇ ਹੋਰ ਜ਼ਿਆਦਾ ਸਗੋ ਵਾਗਰੂ ਬੋਲਣ ਦਾ ਮਨ ਕਰਦਾ ਵੀ ਵਾ ਪਰਮਾਤਮਾ ਕਿਹੋ ਜੀਆਂ ਚੀਜ਼ਾਂ ਨਵੀਆਂ-ਨਵੀਆਂ ਸਾਡੇ ਸਾਹਮਣੇ ਹੂੰ ਹੂੰ ਤੋ ਕਿਹੋ ਜਾਂ ਬੰਦੇ ਨੂੰ ਇਸ ਤਰਜੋਗ ਬਣਾਇਆ ਤੇ ਰੱਬ ਜੀ ਨੇ ਬਿਲਕੁਲ ਪਰਮਾਤਮਾ ਨੇ ਜੋਗ ਬਣਾ ਨਵੀਆਂ-ਨਵੀਆਂ ਚੀਜ਼ਾਂ ਸੀ ਇੱਥੇ ਬੈਠੇ ਆ ਜੀ ਇੰਡੀਆ ਸਾਡੇ ਤੋਂ ਕੋਈ ਦੂਰ ਨਹੀਂ ਹੈਗਾ ਅਸੀਂ ਸਭ ਕੁਝ ਵੇਖ ਰਹੇ ਆ ਸੁਣ ਰਹੇ ਆ ਤੇ ਸਗੋਂ ਸਾਨੂੰ ਜਾਦਾ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਰਾਈਟ ਨਾ ਕਿ ਉਹ ਟੈਕਨੀਕਲ ਰੈਪਿਟਿਸ਼ਨ ਟੈਕਨੀਕਲ ਰੈਪਿਟਿਸ਼ਨ ਜਿਹੜੀ ਹੈ ਉਹ ਨਾਮ ਨਹੀਂ ਹੈ ਅੰਦਰੋਂ ਤੁਹਾਡੇ ਰੱਬ ਜੀ ਦਾ ਸ਼ੁਕਰਾਨਾ ਨਿਕਲੇ ਅੰਦਰੋਂ ਵਾਹਗਰੋ ਨਿਕਲੇ ਰਾਈਟ ਮਨ ਨੂੰ ਸ਼ਾਂਤ ਕਰਨ ਵਾਸਤੇ ਵੀ ਬਹੁਤ ਸਾਰੇ ਤਰੀਕੇ ਜਿਹੜੇ ਨੇ ਜੀ ਉਹ ਹੁਣ ਗੁਰਦੁਆਰਿਆਂ 'ਚ ਦੱਸੇ ਜਾਂਦੇ ਨੇ ਕਿ ਮਨ ਨੂੰ ਸ਼ਾਂਤ ਕਰਕੇ ਇਕਾਗਰ ਹੋ ਕੇ ਤੁਸੀਂ ਰੱਬ ਦਾ ਨਾਮ ਜਪੋ ਉਹਦੇ ਵਿੱਚ ਯੋਗਾ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਵੈਲ ਬਹੁਤ ਵਧੀਆ ਗੱਲ ਹੈ ਸਰੀਰਕ ਤੌਰ ਤੇ ਜੇ ਬੰਦਾ ਤੰਦਰੁਸਤ ਹੋਏ ਤਾਂ ਬਿਲਕੁਲ ਕਰਨੀ ਚਾਹੀਦੀ ਹੈ ਪਰ ਕੀ ਗੁਰਮਤ ਵਿੱਚ ਯੋਗਾ ਨੂੰ ਵਰਤ ਕੇ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਕਿਤੇ ਕੋਈ ਜ਼ਿਕਰ ਮਿਲਦਾ ਹੈ ਬਿਲਕੁਲ ਨਹੀਂ ਤੁਸੀਂ ਅਗਰ ਭਾਈ ਗੁਰਦਾਸ ਦੀਆਂ ਵਾਰਾਂ ਪੜੋ ਜਿਹੜੇ ਜੋਗੀ ਸਭ ਤੋਂ ਵੱਧ ਯੋਗਾ ਕਰਦੇ ਸਨ ਜੀ ਉਹ ਸਭ ਤੋਂ ਵੱਧ ਅਸ਼ਾਂਤ ਨਜ਼ਰ ਆਉਣਗੇ ਤੁਸੀਂ ਉਹ ਪੜੋ ਜਦੋਂ ਗੁਰੂ ਨਾਨਕ ਸਾਹਿਬ ਜੀ ਬਾਬਾ ਆਏ ਆਏ ਅਚਲਵਟਾਲੇ ਗੁਰਦੁਆਰੇ 'ਤੇ ਪਹੁੰਚੇ ਮੇਲਾ ਸੋਨ ਸ਼ਿਵਰਾਤ ਦਾ ਬਾਬਾ ਅਚਲਵਟਾਲੇ ਆਈ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਅਚਲਵਟਾਲੇ ਪਹੁੰਚੇ ਤੁਰੇ ਸਿਰੇ ਦੇ ਅਜਵਰਗੇ ਤੇ ਉਹ ਜੇ ਯੋਗੀ ਹੈ ਕਿਰੇ ਨੇ ਦੁਨੀਆ ਵਿੱਚ ਜਿਹੜੇ ਉਹ ਯੋਗੀ ਸਨ ਠੀਕ ਐਨੇ ਉਹਨਾਂ ਨੇ ਸਾਧਨ ਤੇ ਐਨੀਆਂ ਲੰਬੀਆਂ ਉਮਰਾਂ ਵਧਾਈਆਂ ਹੋਈਆਂ ਸਨ ਪਰ ਉਹ ਕਿੰਨੇ ਕੁ ਅੰਦਰੋਂ ਰਿਜੇ ਹੋਏ ਸਨ ਕਿੰਨੇ ਕੁ ਅੰਦਰੋਂ ਸੜੇ ਹੋਏ ਸਨ ਉਹਨਾਂ ਦਾ ਜ਼ਿਕਰ ਤੁਸੀਂ ਭਾਈ ਗੁਰਦਾਸ ਜੀਆਂ ਨਾ ਪੰਜ ਛੇ ਪੌੜੀਆਂ ਦੇ ਵਿੱਚ ਪੜ੍ਹ ਸਕਦੇ ਹੋ ਹੂੰ ਹੂੰ ਤੇ ਯੋਗਾ ਕਰਨ ਦੇ ਨਾਲ ਜੇ ਮਨ ਸ਼ਾਂਤ ਹੁੰਦਾ ਹੋਵੇ ਤਾਂ ਉਹ ਤੇ ਬਿਲਕੁਲ ਸ਼ਾਂਤ ਹੋ ਜਾਣੇ ਚਾਹੀਦੇ ਸਨ ਜੀ ਜੇ ਉਹ ਸ਼ਾਂਤ ਨਹੀਂ ਹੋਏ ਜਿਨ੍ਹਾਂ ਨੇ ਪੂਰੀ ਉਮਰ ਕੀ ਵੀ ਕਹੀ ਕਿ ਸਾਲ ਹੀ ਪੂਰਾ ਯੋਗਾ ਕਰਨ ਤੇ ਲਾ ਦਿੱਤੇ ਤੇ ਤੁਸੀਂ ਆਖੋ ਵੀ ਘੰਟਾ ਰੋਜ਼ ਇਹੋ ਜਿਹਾ ਕਰਕੇ ਮਨ ਸ਼ਾਂਤ ਹੋ ਜਾਏਗਾ ਮਨ ਨਹੀਂ ਸ਼ਾਂਤ ਹੋਏਗਾ ਬਿਲਕੁਲ ਨਹੀਂ ਹੋਏਗਾ ਮਨ ਸ਼ਾਂਤ ਹੋਣਾ ਸ਼ਬਦ ਨਾਲ ਜੁੜ ਕੇ ਠੀਕ ਮਨ ਵਿੱਚ ਜਿਹੜੀ ਇਕਾਗਰਤਾ ਦੀ ਗੱਲ ਹੈ ਜੀ ਬੜਾ ਸੁੰਦਰ ਤਰੀਕਾ ਗੁਰੂ ਸਾਹਿਬ ਨੇ ਦਿੱਤਾ ਸੀ ਉਹਨੂੰ ਫੋਲੋ ਨਹੀਂ ਕੀਤਾ ਅਸੀਂ ਸਮਝਿਆ ਕੋਈ ਨਹੀਂ ਇਕਾਗਰ ਕਰਨ ਦੇ ਕੋ ਢੰਗ ਹੈ ਤੁਸੀਂ ਜ਼ੁਬਾਨ ਨਾਲ ਬਾਣੀ ਪੜੀ ਜਾਓ ਜੀ ਤੇ ਮਨ ਨਾਲ ਸਮਝਣ ਦਾ ਯਤਨ ਕਰੋ ਵੀ ਜਿਹੜੀ ਪੰਕਤੀ ਮੈਂ ਪੜ ਰਿਹਾ ਜੀ ਇਹਦੇ ਵਿੱਚ ਗੁਰੂ ਸਾਹਿਬ ਜੀ ਮੈਨੂੰ ਸਮਝਾਉਂਦੇ ਕੀ ਪਏ ਨੇ ਠੀਕ ਜਰੂ ਤੁਸੀਂ ਆਪਣਾ ਧਿਆਨ ਇਕਾਗਰ ਕਰ ਲਿਆ ਮੈਂ ਅਕਸਰ ਇੱਕ ਬੇਨਤੀ ਕਰਦਾ ਤਿੰਨ ਚੀਜ਼ਾਂ ਬੜੀਆਂ ਮੰਗ ਕਰਦੀਆਂ ਨੇ ਬੱਚਾ ਜਦੋਂ ਸਕੂਲ ਵਿੱਚ ਕਿਸੇ ਪੜਦਾ ਇੱਕੋ ਕਲਾਸ ਵਿੱਚ 10 15 50 ਬੱਚੇ ਬੈਠੇ ਹੁੰਦੇ ਨੇ ਪਰ ਇਮਤਿਹਾਨ ਵਿੱਚ ਉਹ ਸਾਰਿਆਂ ਦਾ ਨੰਬਰ ਬਰਾਬਰ ਨਹੀਂ ਹੁੰਦੇ ਠੀਕ ਜਿਹਦਾ ਧਿਆਨ ਟੀਚਰ ਵਿੱਚ ਹੋਏਗਾ ਹੂੰ ਹੂੰ ਉਹਨੂੰ ਉਹਨਾਂ ਗਿਆਨ ਮਿਲੇਗਾ ਦੋ ਚੀਜ਼ਾਂ ਧਿਆਨ ਤੇ ਗਿਆਨ ਗੁਰਬਾਣੀ ਵਿੱਚ ਇਹ ਸ਼ਬਦ ਬਹੁਤ ਵਾਰი ਇਕੱਠੇ ਆਉਂਦੇ ਨੇ ਗਿਆਨ ਤੇ ਧਿਆਨ ਜਿਨ੍ਹਾਂ ਧਿਆਨ ਹੋਏਗਾ ਉਹਦੀ ਟੀਚਰ ਦੀ ਗੱਲ ਵਿੱਚੋਂ ਉਹਨਾਂ ਜ਼ਿਆਦਾ ਗਿਆਨ ਪ੍ਰਾਪਤ ਹੋਵੇਗਾ ਜਿਨ੍ਹਾਂ ਗਿਆਨ ਹੋਵੇਗਾ ਉਹਨਾਂ ਇਮਤਿਹਾਨ ਵਿੱਚੋਂ ਪਾਸ ਹੋਏਗਾ ਰਾਈਟ ਸਾਡੇ ਕੋਲ ਸਾਡਾ ਧਿਆਨ ਨਹੀਂ ਹੈ ਗੁਰਮਤ ਗੁਰੂ ਸ਼ਬਦ ਵਿੱਚ ਇਸ ਕਰਕੇ ਸਾਨੂੰ ਗੁਰਮਤ ਦਾ ਗਿਆਨ ਨਹੀਂ ਮਿਲਦਾ ਤੇ ਅਸੀਂ ਸਿੱਖੇ ਦੇ ਧਿਆਨ ਵਿੱਚੋਂ ਫੇਲ ਹੋ ਜਾਂਦੇ ਹਾਂ ਜੀ ਇਕਾਗਰ ਕਰਨ ਦੇ ਇੱਕੋ ਟੰਗ ਹੈ ਬਾਣੀ ਪੜੋ ਰਾਈਟ ਜੋ ਬਾਣੀ ਸੁਨੋ ਤੇ ਨਾਲ ਸਮਝਣ ਦਾ ਯਤਨ ਕਰੋ ਜਦੋਂ ਸਮਝਣਾ ਸ਼ੁਰੂ ਕਰ ਦਿੱਤਾ ਤੇ ਮਨ ਉਸ ਵਾਲੇ ਪਾਸੇ ਜੁੜ ਗਿਆ ਤੇ ਇਹ ਗੁਰੂ ਤੇ ਯਕੀਨ ਕਰਕੇ ਮੈਂ ਕਹਿ ਸਕਦਾ ਜਦੋਂ ਸ਼ਬਦ ਵਿੱਚ ਮਨ ਜੁੜ ਗਿਆ ਤੇ ਸ਼ਾਂਤ ਨਾ ਹੋਵੇ ਇਹ ਤੇ ਕਦੇ ਹੋ ਹੀ ਨਹੀਂ ਸਕਦਾ ਰਾਈਟ ਸੋ ਉਸ ਸੋਚ ਨੂੰ ਤੁਸੀਂ ਇਸ ਗੁਰੂ ਦੀ ਮਤ ਨਾਲ ਸਮਝ ਕੇ ਜੀਵਨ ਵਿੱਚ ਅਖਤਿਆਰ ਕਰਨਾ ਹੈ ਬਿਲਕੁਲ ਅਰੇ ਇੱਕ ਹੋਰ ਅਖੀਰ ਵਿੱਚ ਉਸ ਤੋਂ ਬਾਅਦ ਸੋਲਿਊਸ਼ਨ ਤੁਸੀਂ ਨਾਲ-ਨਾਲ ਦੱਸੀ ਜਾ ਰਹੇ ਹੋ ਪਰ ਫਾਈਨਲੀ ਵੀ ਗੱਲ ਕਰਦੇ ਆ ਕਿ ਅੱਜਕਲ ਤਾਂ ਜਿਸ ਤਰ੍ਹਾਂ ਪਹਿਲਾਂ ਧਰਮਸ਼ਾਲਾਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਨੇ ਵੈਦ ਬਿਠਾਏ ਹੁੰਦੇ ਸੀ ਜੀ ਤੁਹਾਡੀ ਸਰੀਰਕ ਰੋਗ ਵਾਸਤੇ ਵੈਦ ਕੋਲ ਜਾਓ ਤੁਹਾਨੂੰ ਦਵਾਈ ਦੇਗਾ ਪਰ ਅੱਜ ਤਾਂ ਅਸੀਂ ਗੁਰਦੁਆਰੇ ਦੇ ਅੰਦਰ ਹੀ ਬੈਠ ਕੇ ਕੁਝ ਸ਼ਬਦਾਂ ਦਾ ਰਟਨ ਕਰਕੇ ਬਾਰ-ਬਾਰ ਦੁਹਰਾਉਣੇ ਤੇ ਕਹਿੰਦੇ ਜੀ ਸਰੀਰਕ ਰੋਗ ਜਿਹੜੇ ਨੇ ਉਹ ਮੁੱਕ ਜਾਣਗੇ ਕਈ ਸੰਸਥਾਵਾਂ ਵੀ ਕਾਇਮ ਹੋ ਗਈਆਂ ਇਹਦੇ ਨਾਂ ਦੇ ਉੱਤੇ ਦੁਨੀਆ ਭਰ ਵਿੱਚ ਜਾ ਕੇ ਪ੍ਰਚਾਰ ਕਰਦੀਆਂ ਨੇ ਤੇ ਉਹ ਵੀ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੁੰਦਾ ਹੈਗਾ ਇਹ ਗੁਰਮਤਿ ਅਨੁਕੂਲ ਹੋ ਰਿਹਾ ਜੀ ਦੇਖੋ ਜਦੋਂ ਆਪਾਂ ਇਹ ਸਾਰੀ ਵੈਸੇ ਤੇ ਇਹ ਵਿਸ਼ਾ ਇੱਕ ਬਹੁਤ ਲੰਬਾ ਵਿਸ਼ਾ ਪਰ ਸੰਖੇਪ ਵਿੱਚ ਜੀ ਮੈਂ ਬੇਨਤੀ ਕਰਾਂਗਾ ਵੇਖੋ ਇੱਕ ਤੇ ਜਿਵੇਂ ਪਹਿਲਾਂ ਭਾਈ ਕਾਨ ਸਿੰਘ ਨਾਭਾ ਦੇ ਵਿੱਚੋਂ ਮੈਂ ਜ਼ਿਕਰ ਕੀਤਾ ਸੀ ਪਿਛਲੇ ਹਫਤੇ ਆਪ ਜੀ ਦੇ ਨਾਲ ਉਹਨਾਂ ਨੇ ਸ਼ਫਾਖਾਨਾ ਵੀ ਕੀਤਾ ਗੁਰੂ ਹਰ राय ਸਾਹਿਬ ਜੀ ਨੇ ਹੁਣ ਦਵਾਖਾਨਾ ਖੋਲ੍ਹਿਆ ਪੂਰੀ ਦੁਨੀਆ ਵਿੱਚ ਪ੍ਰਚਲਿਤ ਹੈ ਕਿ ਔਰੰਗਜ਼ੇਬ ਦੇ ਪੂਰੇ ਹਿੰਦੁਸਤਾਨ ਵਿੱਚ ਉਹੋ ਜੀਆਂ ਦਵਾਈਆਂ ਨਹੀਂ ਸਨ ਮਿਲਦੀਆਂ ਜਿਹੜੀਆਂ ਜੀ ਗੁਰੂ ਹਰ राय ਸਾਹਿਬ ਦੇ ਕੋਲ ਮਿਲੀਆਂ ਜਿਹੜਾ ਸ਼ਾਹਜਹਾਂ ਦਾ ਪੁੱਤਰ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਕੋ ਗੁਰੂ ਹਰ राय ਸਾਹਿਬ ਜੀ ਦੇ ਦਵਾਖਾਨੇ ਵਿੱਚੋਂ ਠੀਕ ਹੋਇਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਰਾਈਟ ਜੇ ਕਰੋ ਸ਼ਵਰਦੇ ਕੇ ਠੀਕ ਹੋ ਜਾਂਦਾ ਤੇ ਗੁਰੂ ਸਿਬ ਨੂੰ ਕਿ ਸ਼ਬਦ ਦੇ ਦਿੰਦੇ ਮੈਂ ਤਾਂ ਸ਼ਬਦ ਲੈ ਜਾ ਜੀ ਇਹਨੂੰ ਐਨੀ ਵਾਰੀ ਪੜਿਆ ਕਰ ਐਸ ਵਾਲੇ ਚੜਦੇ ਵਾਲੇ ਪਾਸੇ ਮੂੰਹ ਕਰਕੇ ਹੂੰ ਹੂੰ ਐਨੇ 3 ਵਜੇ ਤੱਕ ਪੜਿਆਗਾ ਤੋ ਠੀਕ ਹੋ ਜਾਏਗਾ ਅਸੀਂ ਕਿਹੜੇ ਪਾਸੇ ਤੁਰ ਪਏ ਆ ਰਾਈਟ ਹਾਂ ਇਹ ਠੀਕ ਹੈ ਜਦੋਂ ਤੁਸੀਂ ਬਾਣੀ ਨਾਲ ਜੁੜਦੇ ਹੋ ਬਾਣੀ ਬਾਣੀ ਤੁਹਾਡੇ ਅੰਦਰ ਆਤਮਿਕ ਸ਼ਕਤੀ ਬਣਾਉਂਦੀ ਵਿਲ ਪਾਵਰ ਜਿਹਨੂੰ ਆਪਾਂ ਕਹਿੰਦੇ ਆ ਠੀਕ ਕੁਦਰਤੀ ਤੌਰ ਤੇ ਜਿਹੜਾ ਬੰਦਾ ਆਤਮਿਕ ਤੌਰ ਤੇ ਮਜ਼ਬੂਤ ਹੋਏਗਾ ਉਹਦੇ ਉੱਤੇ ਜਿਹੜਾ ਦੁਆਨੇ ਦੁਨਿਆਵੀ ਦਵਾਈ ਉਹ ਜ਼ਿਆਦਾ ਅਸਰ ਕਰੇਗੀ ਠੀਕ ਉਹ ਬੰਦਾ ਛੇਤੀ ਆਰੋਗ ਹੋਦਾ ਜਿੰਨਾ ਬੰਦਾ ਉਹਦੀ ਸੋਚ ਚੜ੍ਹਦੇ ਕਾਲਾ ਵਾਲੇ ਪਾਸੇ ਜਾਏਗਾ ਤੇ ਕੁਦਰਤੀ ਤੌਰ ਤੇ ਆਤਮਕ ਤੇ ਸਰੀਰ ਦਾ ਬੜਾ ਡੂੰਘਾ ਸਬੰਧ ਹੈ ਬਿਲਕੁਲ ਪਰ ਤੁਸੀਂ ਕਹੋ ਵੀ ਦਵਾਈ ਖਾਣ ਦੀ ਲੋੜ ਹੀ ਨਹੀਂ ਹੈਗੀ ਕੇਵਲ ਸ਼ਬਦ ਨਾਲ ਇਸ ਤਰ੍ਹਾਂ ਕਰਕੇ ਜਾਂ ਸੀ ਕੋਈ ਸ਼ਬਦ ਦੇ ਕੇ ਮੈਂ ਤੇ ਅਕਸਰ ਕਹਿੰਦਾ ਵੀ ਸਾਰਾ ਗੁਰੂ ਗ੍ਰੰਥ ਸਾਹਿਬੀ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਇੱਕ ਸ਼ਬਦ ਦਾ ਦੋ ਸ਼ਬਦ ਕਿਉਂ ਨਾਲੇ ਇੱਕ ਸ਼ਬਦ ਨੂੰ ਇੱਕ ਜ਼ਿਆਦੀ ਅਹਿਮੀਅਤ ਦੇ ਕੇ ਕੀ ਅਸੀਂ ਬਾਕੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਉਸ ਨੂੰ ਅਸੀਂ ਨਿਖਾਰ ਰਹੇ ਹਾਂ ਪਿੱਛੇ ਕਰ ਰਹੇ ਹਾਂ ਇੱਕ ਆਮ ਵਿਅਕਤੀ ਤੁਸੀਂ ਸੋਚ ਕੇ ਵੇਖੋ ਤਾਂ ਆਟੋਮੈਟਿਕਲੀ ਤੁਹਾਨੂੰ ਦਾ ਜਵਾਬ ਵੀ ਮਿਲ ਜਾਏਗਾ ਸੋ ਹੁਣ ਭਾਈ ਸਾਹਿਬ ਜੋ ਅਸੀਂ ਗੱਲਬਾਤ ਕੀਤੀ ਹੈ ਪਿਛਲੇ 2 ਹਫ਼ਤਿਆਂ ਦੇ ਵਿੱਚ ਅਸੀਂ ਦੇਖਿਆ ਕਿ ਜੋ ਕੁਝ ਸਾਡੇ ਆਲੇ ਦੁਆਲੇ ਹੋ ਰਿਹਾ ਉਸ ਨੂੰ ਅਸੀਂ ਟੱਚ ਕੀਤਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਪਰ ਸਮਝ ਨਹੀਂ ਆ ਗਿਆ ਦਿੰਦਾ ਸੋ ਹੁਣ ਸਵਾਲ ਆਉਂਦਾ ਹੈ ਕਿ ਕੁਝ ਚੇਂਜ ਕਿਉਂਕਿ ਆਮ ਤੌਰ ਤੇ ਅਸੀਂ ਇਹ ਦੋਸ਼ ਲਾ ਦਿੰਦੇ ਹਾਂ ਮੈਨੇਜਮ ਕਰ ਨਹੀਂ ਰਹੀ ਹੈਗੀ ਮੈਨੇਜਮੈਂਟ ਸਹੀ ਪ੍ਰਚਾਰ ਨਹੀਂ ਕਰਨੀ ਮੈਨੇਜਮੈਂਟ ਤਾਂ ਉਹੀ ਕਹੇਗੀ ਜੋ ਲੋਕ ਚਾਹਣਗੇ ਤਾਂ ਲੋਕ ਹੀ ਇਸ ਅਡੰਬਰ ਚ ਫਸ ਗਏ ਇਸ ਕਰਮकांड ਚ ਫਸ ਗਏ ਤਾਂ ਉਹੀ ਸلسਲਾ ਚੱਲਦਾ ਆ ਰਿਹਾ ਹੈ ਕਿ ਤੁਹਾਨੂੰ ਕੋਈ ਆਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪਰਵਰਤਨ ਹੋਏਗਾ ਤੇ ਉਸ ਵਾਸਤੇ ਜਿਸ ਤਰ੍ਹਾਂ ਤੁਸੀਂ ਇੱਕ ਐਪੀਸੋਡ ਵਿੱਚ ਪਿਛਲੇ ਹਫਤੇ ਕਿਹਾ ਸੀ ਕਿ ਵਾਰਤਲਾਪ ਹੋਵੇ ਗੱਲਬਾਤ ਹੋਵੇ ਜਿਸ ਦੇ ਨਾਲ ਕਿ ਇੱਕ ਸلسਲਾ ਸ਼ੁਰੂ ਹੋਵੇ ਪਰ ਉਹਦੇ ਵਾਸਤੇ ਜਿਸ ਤਰ੍ਹਾਂ ਕੀ ਤੁਸੀਂ ਇਹ ਰეკਮੈਂਡ ਕਰਦੇ ਹੋ ਕਿ ਜਿਸ ਤਰ੍ਹਾਂ ਕੋਈ ਕਥਾਵਾਚਕ ਨੇ ਕਥਾ ਕੀਤੀ 45 ਮਿੰਟ ਕੀਤੀ ਹੈ 10 15 ਮਿੰਟ ਰਿਜ਼ਰਵ ਰੱਖ ਲੈ ਜਾਨ ਉੱਥੇ ਹੀ ਖੁੱਲੇ ਪੰਡਾਲ ਵਿੱਚ ਹੀ ਕਿ ਜਨਤਾ ਜਿਹੜੀ ਉਹ ਸਵਾਲ ਪੁੱਛੇ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਗੱਲ ਉਸ ਟਾਈਮ ਤੇ ਕੁਝ ਹਿੱਟ ਕੀਤੀ ਹੁੰਦੀ ਹੈ ਪਰ ਕਈ ਵਾਰੀ ਅਸੀਂ ਉਹ ਸਮਝਦੇ ਹਾਂ ਕਿ ਜੀ ਕਹਿਤਾ ਅੱਗੇ ਮਨ ਸ਼ੰਕਾ ਦੂਰ ਨਹੀਂ ਹੁੰਦੀ ਤਾਂ ਉਹ ਰਹਿ ਜਾਂਦੀ ਹੈਗੀ ਫਿਰ ਸੋ ਹੋਰ ਕੀ ਕੁਝ ਪਰਵਰਤਨ ਕੀਤਾ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਤੁਸੀਂ ਦਿੱਤਾ ਸੀ ਹੋਰ ਕੀ ਕੁਝ ਕੀਤਾ ਜਾਏ ਜਿਹਦੇ ਨਾਲ ਕਿ ਐਟਲੀਸਟ ਕੁਝ ਪਰਵਰਤਨ ਵੇਖਣ ਨੂੰ ਆਵੇ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜ ਕਿਉਂਕਿ ਸਿੱਖ ਧਰਮ ਜਿਸ ਨੂੰ ਅਸੀਂ ਬੜਾ ਲੌਜੀਕਲ ਕਹਿੰਦੇ ਆ ਵਾਕਿਆਚੀ ਉਸ ਵਿੱਚ ਬਲੀਵ ਕਰਨਾ ਸ਼ੁਰੂ ਕਰੇ ਇਹਦੇ ਚ ਜਿਹੜੇ ਪਰਵਰਤਨ ਦੇ ਲੋੜ ਮੈਂ ਇੱਕ ਥੋੜੀ ਜੀ ਬੇਨਤੀ ਕਰਨੇ ਚਾਹਾਂ ਕਈ ਥਾਵਾਂ ਤੇ ਪ੍ਰਬੰਧਕ ਸੁਚੇਤ ਨੂੰ ਕੁਝ ਕਰਨਾ ਚਾਹੁੰਦੇ ਨੇ ਪਰ ਉੱਥੇ ਲੋਕ ਜਾਣ ਵਾਸਤੇ ਤਿਆਰ ਨਹੀਂ ਹੈਗੇ ਜਿੱਥੇ ਪ੍ਰਬੰਧਕ ਸੁਚੇਤ ਨੂੰ ਉਸੇ ਸੰਗਤ ਘੱਟ ਹੈ ਠੀਕ ਹੁਣ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਸੰਗਤ ਦੇ ਵਿੱਚ ਵੀ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਪੈਗੀ ਠੀਕ ਹੈ ਪ੍ਰਚਾਰਕ ਨੂੰ ਆਪਣੀ ਜ਼ਿੰਮੇਵਾਰੀ ਅਸੀਂ ਇੱਕ ਦੂਜੇ ਦੇ ਮੋਢਿਆਂ ਤੇ ਪਾ ਰਹੇ ਹਾਂ ਪ੍ਰਚਾਰਕ ਸੰਗਤ ਜਾਂ ਪ੍ਰਬੰਧਕਾਂ ਦੇ ਸੌੜਦੇ ਨੇ ਪ੍ਰਬੰਧਕ ਪ੍ਰਚਾਰਕ ਤੇ ਸੌੜ ਦਿੰਦੇ ਨੇ ਪ੍ਰਚਾਰਕ ਸੰਗਤ ਅਸੀਂ ਇੱਕ ਦੂਜੇ ਨੂੰ ਵੀ ਤੂੰ ਕਰ ਤੂੰ ਕਰ ਤੂੰ ਕਰ ਰਾਈਟ ਅਸੀਂ ਸਾਰੇ ਪੰਥ ਪ੍ਰਤੀ ਅਗਰ ਸਿੱਖੀ ਦਾ ਦਰਦ ਹੈ ਸਾਡੇ ਮਨ ਵਿੱਚ ਜੇ ਉਹ ਪੰਥ ਦਾ ਦਰਦ ਹੈ ਸਾਡੇ ਬੱਚੇ ਕੁਰਾਹੇ ਪੈ ਰਹੇ ਨੇ ਸਾਡੇ ਬੱਚੇ ਗਲਤ ਦਿਸ਼ਾਹੀਨ ਹੋ ਰਹੇ ਨੇ ਸਾਡੀ ਨੌਜਵਾਨ ਪੀੜੀ ਏ ਅਗਰ ਨਸ਼ਿਆਂ ਵਿੱਚ ਗਲਤਾਨ ਹੋ ਕੇ ਜੀ ਜੇ ਅੱਜ ਅਸੀਂ ਬਹੁਤ ਜ਼ਿਆਦਾ ਮਤਲਬ ਉਸ ਕਗਾਰ ਤੇ ਖੜੇ ਹੋ ਗਏ ਆ ਜਿੱਥੇ ਅੱਗੇ ਸਾਨੂੰ ਕੁਝ ਬੜਾ ਗਲਤ ਨਜ਼ਰ ਆ ਰਿਹਾ ਹੈ ਜੀ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਹਮ ਹਮ ਇਹ ਧਿਆਨ ਦੇਣਾ ਪੈਗਾ ਵੀ ਅਸੀਂ ਕੁਝ ਸੁਧਾਰ ਵਾਲੇ ਪਾਸੇ ਆਈਏ ਪ੍ਰਬੰਧਕਾਂ ਨੂੰ ਮਜਬੂਰ ਕਰੀਏ ਰਾਈਟ ਵੀ ਇੱਥੇ ਗੁਰਮਤਿ ਦੀ ਗੱਲ ਹੋਣੀ ਚਾਹੀਦੀ ਹੈ ਕੇਵਲ ਗੁਰਬਾਣੀ ਦੀ ਗੱਲ ਹੋਣੀ ਚਾਹੀਦੀ ਹੈ ਹਮ ਹਮ ਪ੍ਰਬੰਧ ਕਸਾਵਾਚਕ ਜਿਹੜਾ ਪ੍ਰਚਾਰ ਕਰਦਾ ਉਹਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਨੇ ਜੀ ਦੂਜੇ ਨੰਬਰ ਤੇ ਨੌਜਵਾਨ ਜਿਹੜੇ ਨੇ ਨਵੀਂ ਪੀੜ੍ਹੀਏ ਪਨੀਰੀ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਨਹੀਂ ਸੰਭਾਲਿਆ ਅਸੀਂ ਦੁਨੀਆ ਦੀ ਜਿੰਨੀ ਮਰਜ਼ੀ ਵਧੀਆ ਪ੍ਰਾਪਰਟੀ ਉਹਨਾਂ ਦੀ ਝੋਲੀ ਵਿੱਚ ਪਾ ਗਏ ਕਿਸੇ ਕੰਮ ਦੀ ਨਹੀਂ ਹੈਗੀ ਬਿਲਕੁਲ ਜੀ ਉਹਨਾਂ ਦਾ ਜੇਕਰ ਉਹਨਾਂ ਨੂੰ ਇਸ ਲਈ ਯੋਗ ਹੀ ਨਾ ਬਣਾਇਆ ਸੰਭਾਲ ਸਕਣ ਉਹ ਐਬਸੋਲੂਟਲੀ ਤਾਂ ਉਹਨਾਂ ਦੇ ਵਾਸਤੇ ਵੀ ਸਾਨੂੰ ਥੋੜਾ ਜਿਹਾ ਕੁਝ ਇਹੋ ਜਿਹਾ ਹਿੱਸਾ ਇੱਕ ਬਿਲਕੁਲ ਜੀ ਸਾਰਿਆਂ ਦਾ ਹੀ ਰਲ ਮਿਲ ਕੇ ਜਿਸ ਤਰ੍ਹਾਂ ਤੁਸੀਂ ਬੜੀ ਸੋਹਣੀ ਗੱਲ ਅਖੀਰ ਵਿੱਚ ਕਹੀਏ ਕਿ ਇੱਕ ਦੂਸਰੇ ਦੇ ਅਸੀਂ ਮੋਢਿਆਂ ਤੇ ਤੋਪਾਂ ਨਾ ਚਲਾਈਏ ਆਪਣਾ ਆਪਣਾ ਫਰਜ਼ ਸਮਝ ਕੇ ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਖਵਾਨਣ ਤੇ ਜੋ ਵੀ ਯੋਗਦਾਨ ਅਸੀਂ ਪਾ ਸਕਨੇ ਆ ਆਪਣੇ ਆਪ ਤੋਂ ਸ਼ੁਰੂ ਕਰੀਏ ਤੇ ਉਸ ਦੇ ਨਾਲ ਇੱਕ ਮੂਵਮੈਂਟ ਬਣੇਗੀ ਘਰੋਂ ਇਹ ਸਟਾਰਟ ਹੋ ਕੇ ਪਰਿਵਾਰ ਤੋਂ ਬਾਅਦ ਇਹ ਸਮਾਜ ਵਿੱਚ ਜਾਏਗੀ ਸਮਾਜ ਤੋਂ ਬਾਅਦ ਆਟੋਮੈਟਿਕਲੀ ਪੂਰੇ ਪੰਥ ਵਿੱਚ ਜਾਏਗੀ ਤੇ ਇਸ ਦਾ ਅਸਰ ਪਏਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪ ਨਾ 604 603 7555 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਨਾ ਸਕਦੇ ਹੋ harpreetsinghshow@gmail.com ਜੇਕਰ ਪਿਛਲਾ ਐਪੀਸੋਡ ਵੀ ਤੇ ਇਹ ਐਪੀਸੋਡ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ youtube.com/harpreetsinghshow ਤੇ ਜਾ ਕੇ ਦੁਬਾਰਾ ਦੇਖ ਸਕਦੇ ਹੋ ਧੰਨਵਾਦੀ ਅਸੀਂ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਨਾਲ ਹੀ ਆਪ ਸਭ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਮੈਂਟ ਰਾਹੀਂ ਇਹਨਾਂ ਵਿਸ਼ਿਆਂ ਤੇ ਜਿਹੜੇ ਅਸੀਂ ਰੋਜ਼ਮਰਾਂ ਜ਼ਿੰਦਗੀ ਨਾਲ ਤੱਲੁਕ ਰੱਖਦੇ ਨੇ ਉਹਨਾਂ ਨੂੰ ਲੈ ਕੇ ਆਨੇ ਕਈ ਵਾਰੀ ਇਹ ਨਹੀਂ ਹੁੰਦਾ ਸਾਨੂੰ ਪਤਾ ਹੁੰਦਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਅਸੀਂ ਅਵੇਸਲੇ ਹੋ ਜਾਂਦੇ ਹਾਂ ਇਸ ਅਵੇਸਲੇपन ਨੂੰ ਖਤਮ ਕਰਨ ਵਾਸਤੇ ਇਹ ਕੁਐਸ਼ਨ ਅਸੀਂ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਹਿਯੋਗ ਦਿਓਗੇ ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ